ਸਤਿ ਸ਼੍ਰੀ ਅਕਾਲ ਦੋਸਤੋ, ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਹੈ। ਅਤੇ ਅੱਜ ਸਬਜ਼ੀ ਮੰਡੀ ਆਏ ਹਾਂ ਦਿਨੇਸ਼ਵਰੀ ਜੀ ਨਾਲ, ਅਤੇ ਸੁਣਿਆ ਪਿਆਜ਼ਾਂ ਦੇ ਰੇਟ ਬੜੇ ਵੱਧ ਗਏ ਆ, ਅਤੇ ਅੱਜ ਸੂਰੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਆਪਾਂ ਖਬਰ ਵੀ ਦਰਸ਼ਕਾਂ ਨੂੰ ਦਿਖਾਵਾਂਗੇ ਅਤੇ ਆਪ ਜਾ ਕੇ ਰੇਟ ਵੀ ਕਨਫਰਮ ਕਰਕੇ ਆਵਾਂਗੇ। ਸੂਰੀ ਸਾਹਿਬ ਕਿੱਦਾਂ, ਫਿਰ ਤੁਸੀਂ ਪੁੱਛਿਆ ਦੋ ਚਾਰ ਦੁਕਾਨਾਂ ਤੋਂ ਆਫ ਕੈਮਰਾ ਪੁੱਛਦੇ ਸੀਗੇ, ਅਤੇ ਕਿੱਦਾਂ ਪਿਆਜ਼ਾਂ ਦੇ ਰੇਟ ਵਾਕੇ ਵੱਧ ਗਏ? ਮੈਂ ਤੁਹਾਨੂੰ 17 ਨਾਲ ਸਮਝਾ ਦਿੰਦਾ ਜੀ, ਕਿਉਂਕਿ ਸਾਡੇ ਪਰਿਵਾਰਕ ਮੈਂਬਰ ਸਾਡੇ ਸ਼ੇਅਰ ਤੋਂ ਦੱਸ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੇਖੋ, ਮਹਿਲਾ ਹੋਵੇ ਮਰਦ ਹੋਵੇ, ਗੱਲਾਂ ਕਰਦਾ ਹਰ ਕੋਈ ਦੋਸਤੋ, ਪਿਆਜ਼ ਦੇ ਰੇਟਾਂ ਨੇ ਹਿਲਾ ਕੇ ਰੱਖ ਦਿੱਤੀ ਆ ਰਸੋਈ ਦੋਸਤੋ। ਸੱਚੋ ਦੇਖੋ, ਪਿਆਜ਼ ਬਿਨਾਂ ਸਬਜ਼ੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਔਰ ਦੋ ਚਾਰ ਦਿਨ ਪਹਿਲਾਂ ਆਪਣੇ ਵਿਜੇ ਹੁਣ ਵੀ ਲੈ ਕੇ ਆਏ ਸਬਜ਼ੀ, ਕਹਿੰਦੇ 40 ਰੁਪਏ ਦੇ ਹਿਸਾਬ ਨਾਲ ਲੈ ਕੇ, ਤਾਂ 30 ਵੀ ਦੱਸਦਾ ਸੀਗਾ, ਪਰ ਮੈਂ ਕਿਹਾ ਹਿਸਾਬ ਜੇ ਤਾਂ ਲਾ ਲਾ, ਤਾਂ ਆਪਾਂ 40 ਤੇ ਆ ਗਏ ਹਾਂ। ਹੁਣ ਇੱਥੇ ਪਹੁੰਚੇ ਹਾਂ ਜੀ, ਤਾਂ ਰੇਟ ਪੁੱਛੋ ਜੀ, ਕਿਲੋ ਕਿੰਨੇ ਦਾ? ਕਿਲੋ ਦੀ ਗੱਲ ਨਹੀਂ ਕਰਦੇ, ਇਹ ਕਹਿੰਦੇ 300 ਰੁਪਏ ਵੱਟਾ, ਕੋਈ 290 ਕਹਿੰਦਾ ਵੀ ਜਾਓ ਨਾ ਪਾ ਲਓ, ਤਾਂ ਜਿਹੜਾ ਲਾਲ ਲਾਲ ਹੈ ਉਹ ਤਾਂ ਹੋਰ ਮਹਿੰਗਾ ਆ। ਦੇਖੋ ਪਿੱਛੇ ਇੰਨੀ ਤੇਜ਼ੀ ਹੈਗੀ ਕਿ ਨਹੀਂ ਹੈਗੀ ਸਾਨੂੰ ਨਹੀਂ ਪਤਾ, ਮਾਰਕੀਟ 'ਚ ਮੰਦੀ ਆ, ਮੰਦੀ ਦੇ ਬਾਵਜੂਦ ਵੀ ਜੇ ਪਿਆਜ਼ 300 ਰੁਪਏ ਵੱਟਾ ਵਿਕ ਰਿਹਾ, ਤਾਂ ਇਟ ਮੀਨਸ ਜਮ੍ਹਾਂਖੋਰੀ, ਕਾਲਾ ਬਾਜ਼ਾਰੀ ਹੈਗੀ ਇਸ ਫੀਲਡ 'ਚ। ਅਤੇ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ 'ਤੇ ਜਿਹੜਾ ਪ੍ਰਸ਼ਾਸਨ ਵੱਲੋਂ ਨਕੇਲ ਪਾਣੀ ਚਾਹੀਦੀ ਹੈ, ਸਰਕਾਰ ਵੱਲੋਂ ਨਕੇਲ ਪਾਣੀ ਚਾਹੀਦੀ ਆ, ਆਹੀ ਪਿਆਜ਼ ਜਿਹੜਾ ਹਰ ਰੋਜ਼ ਘਰ ਲੱਗਦਾ, ਹਰ ਸਬਜ਼ੀ 'ਚ ਪਾਇਆ ਜਾਂਦਾ, ਸਲਾਦ 'ਚ ਵੀ ਆਪਾਂ ਖਾਂਦੇ ਹਾਂ, ਜੇ 300 ਰੁਪਏ ਵੱਟਾ ਹੋ ਜੂਗਾ, ਤੁਸੀਂ ਆਪ ਹਿਸਾਬ ਲਓ ਗੱਲ ਕਿੱਥੇ ਜਾਂਦੀ ਆ। ਔਰ ਰੇਟ ਜਿਹੜੇ ਆ ਅਸਮਾਨ ਨੂੰ ਛੂਹ ਰਹੇ ਆ। ਹੁਣ ਭੈਣਾਂ ਨੇ ਜਦੋਂ ਪਿਆਜ਼ ਕੱਟਣਾ, ਇਕੱਲਾ ਉਦੋਂ ਅੱਖਾਂ 'ਚ ਪਾਣੀ ਆਉਣਾ, ਜਦੋਂ ਉੱਥੋਂ ਖਰੀਦਦੀਆਂ ਖੜੀਆਂ ਆ ਭੈਣਾਂ, ਉਦੋਂ ਵੀ ਅੱਖਾਂ 'ਚ ਪਾਣੀ ਆਉਂਦਾ, ਉਦੋਂ ਵੀ ਕਹਿੰਦੀਆਂ ਕਿ ਭਾਈ ਇੰਨਾ ਰੇਟ ਕਿੱਦਾਂ ਵੱਧ ਗਿਆ। ਸਭ ਤੋਂ ਵੱਡੀ ਗੱਲ ਇਹ ਆ, ਜਿਹੜਾ ਇਨਫਲੇਸ਼ਨ ਆ, ਉਹ ਕਹਿੰਦੇ ਰੈਗੂਲਰ ਇਨਕਰੀਜ਼ ਆਫ ਜਿਹੜਾ ਨਾ ਰੇਟ ਹੁੰਦਾ, ਪ੍ਰਾਈਜ਼ ਹੁੰਦਾ ਕਿਸੇ ਵੀ ਚੀਜ਼ ਦਾ, ਪਰ ਇਹ ਤਾਂ 3 ਦਿਨ ਪਹਿਲਾਂ 30-35-40 ਸੀਗਾ, ਹੁਣ ਯਕਦਮ ਹੀ 60। ਇੰਨੀ ਤੇਜ਼ੀ, ਲੋਕਾਂ ਅੰਦਰ ਮੰਦੀ ਹੈ, ਮਤਲਬ ਕਾਰੋਬਾਰ ਨੂੰ ਲੈ ਕੇ, ਕਮਾਈ ਨੂੰ ਲੈ ਕੇ, ਨੌਕਰੀ ਨੂੰ ਲੈ ਕੇ, ਪਰ ਪਿਆਜ਼ 'ਚ ਕਹਿੰਦੇ ਤੇਜ਼ੀ ਬਹੁਤ ਆਈ ਹੋਈ ਹੈ। ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਡੇਲੀ ਨੀਡ ਵਾਲੀ ਚੀਜ਼ ਹੈ, ਬੇਸਿਕ ਨੀਡ ਵਿੱਚ ਹੀ ਆ ਜਾਂਦੀ ਆ, ਕਿਉਂਕਿ ਲੋਕ ਰੋਜ਼ ਵਰਤਦੇ ਆ। ਹੋਟਲਾਂ 'ਚ ਚਲੇ ਜਾਓ, ਢਾਬੇ 'ਤੇ ਚਲੇ ਜਾਓ, ਰਸੋਈ ਇਹਦੇ ਬਿਨਾਂ ਕਲਪਨਾ ਨਹੀਂ ਤੁਸੀਂ ਕਰ ਸਕਦੇ। ਤੁਸੀਂ ਘਰੋਂ ਕੋਈ ਵੀ ਸਮਾਨ ਲੈਣਾ, ਜੋ ਤੁਹਾਡੀ ਮਿਸਿਜ਼ ਆ, ਤੁਹਾਡੀ ਮਦਰ ਇਹੀ ਕਹੂਗੇ ਆਲੂ ਪਿਆਜ਼ ਲਿਆਈ, ਆਲੂ ਪਿਆਜ਼ ਜ਼ੁਬਾਨ 'ਤੇ ਹੁੰਦਾ, ਕਾਮਨ ਆ। ਅਤੇ ਜੇ ਕਾਮਨ ਚੀਜ਼ਾਂ ਹੀ ਤੁਸੀਂ ਗਿਆ, ਕਾਮਨ ਚੀਜ਼ਾਂ ਹੀ ਮਹਿੰਗੀ ਹੋ ਜੂਗੀ, ਅਸਮਾਨ ਨੂੰ ਰੇਟ ਛੂਹਣ ਲੱਗ ਪਊਗਾ, ਤਾਂ ਰਸੋਈ ਤਾਂ ਹਿੱਲਣੀ ਆ ਨਾ। ਔਰ ਇਹਦਾ ਜਦੋਂ ਇਹ ਮਹਿੰਗਾ ਹੋਣਾ, ਫਿਰ ਬਾਕੀ ਚੀਜ਼ਾਂ ਦਾ ਹੀ ਭਾਰ ਪੈਣਾ। ਹੁਣ ਜੇ ਚੀਜ਼ ਚਿੱਲੀ 'ਚ ਪਾਉਂਦੇ ਆ ਪਿਆਜ਼, ਤਾਂ ਚੀਜ਼ ਚਿੱਲੀ ਮਹਿੰਗੀ ਹੋ ਜਾਣੀ ਆ, ਅਤੇ ਜਦੋਂ ਗ੍ਰੇਵੀ ਜੀ ਬਣਨੀ ਆ, ਉਹ ਵੀ ਮਹਿੰਗੀ ਹੋਣੀ ਆ, ਤਾਂ ਬਹੁਤ ਸਾਰੀਆਂ ਚੀਜ਼ਾਂ 'ਤੇ ਭਾਰ ਪੈਂਦਾ। ਆਪਾਂ ਰੇਟ ਇੱਕ ਵਾਰੀ ਕਨਫਰਮ ਕਰ ਵੀ ਲੈਂਦੇ, ਆ ਜਾਓ। ਤਾਂ ਵੱਡੀ ਗੱਲ ਇਹੀ ਆ ਰਕੇਸ਼ ਸਾਹਿਬ ਵੀ, ਕਿ 2 ਦਿਨਾਂ 'ਚ ਤਾਂ ਜਮ੍ਹਾਂਖੋਰੀ ਜਿਹੜੇ ਕਰਦੇ ਆ, ਜਿਹੜੇ ਲੋਕ ਕਾਲਾ ਬਾਜ਼ਾਰੀ ਕਰਦੇ, ਉਹਨਾਂ ਦਾ ਨਕੇਲ ਪਾਣੀ ਚਾਹੀਦੀ। ਖੈਰ ਇਹ ਤਾਂ ਦੁਕਾਨਦਾਰ, ਇਹ ਤਾਂ ਕਹਿੰਦੇ ਪਿੱਛੋਂ ਹੀ, ਪਿੱਛੇ ਤੇਜ਼ੀ ਆ, ਮੋਹਰੇ ਤੇਜ਼ੀ ਹੈ, ਠੀਕ ਹੈ ਨਾ। ਭਾਜੀ ਕਿੰਨੇ ਰੁਪਏ ਵੱਟਾ ਜੀ? ਵੱਟਾ ਕਿੰਨੇ ਰੁਪਏ ਪਿਆਜ਼? ਪਿਆਜ਼ 300 ਰੁਪਏ ਵੱਟਾ ਸਰ ਜੀ, ਇੱਕ ਹੈਗਾ 320 ਰੁਪਏ ਵੱਟਾ ਜੀ, ਆਲੂ ਆਪਣੇ ਕੋਲ 150 ਰੁਪਏ ਵੱਟਾ, ਸ਼ੂਗਰ ਫ੍ਰੀ। ਮੈਂ ਪਿਆਜ਼ ਹੀ ਪੁੱਛਿਆ। ਅੱਛਾ, ਸ਼ੂਗਰ ਫ੍ਰੀ ਆਲੂ ਵੀ ਆਉਂਦੇ ਆ? ਹਾਂਜੀ। ਇਹ 'ਚੋਂ ਕਿਤੇ ਸ਼ੂਗਰ ਕੱਢਦੇ ਕਿੱਦਾਂ? ਸ਼ੂਗਰ ਉਹ ਸਟੋਰ ਸਾਹਿਬ ਬਣ ਕੇ ਆਉਂਦਾ ਜੀ। ਅੱਛਾ, ਜਿਹੜੇ ਬੰਦੇ ਹੈਂਡ ਟੂ ਮਾਊਥ ਆ, ਜਿਹੜੇ ਰੋਜ਼ਾਨਾ ਨਹੀਂ ਲੈ ਕੇ ਜਾ ਸਕਦੇ, ਉਹ ਪਹਿਲਾਂ ਸੋਚਦੇ ਸੀ ਕਿ ਚੱਲ 30 ਰੁਪਏ ਦੀ ਲੈ ਜਾਂਦੇ, ਹੁਣ ਯਕਦਮ ਹੀ 60 ਰੁਪਏ ਹੋ ਜਾਣਾ, ਡਬਲ। ਮੈਂ ਉਹੀ ਕਹਿੰਦਾ ਨਾ, ਇਨਫਲੇਸ਼ਨ ਹੁੰਦਾ ਕਿ ਰੈਗੂਲਰ ਇੰਟਰਵਲਸ 'ਚ ਹੁੰਦਾ, ਗ੍ਰੈਜੂਅਲੀ ਵੱਧਦਾ, ਯਕਦਮ ਹੀ 2 ਦਿਨਾਂ 'ਚ ਡਬਲ ਰੇਟ ਹੋ ਜਾਣਾ। ਮਤਲਬ ਯੂ ਤੁਸੀਂ ਇਮੈਜਿਨ ਕਰੋ ਕਿ 80 ਤੋਂ ਸਿੱਧਾ 160 ਤੇਲ ਹੋ ਜਾਵੇ, ਕੈਨ ਯੂ ਇਮੈਜਿਨ? ਇੱਧਰ ਹੀ ਪੁੱਛ ਲੈਂਦੇ ਹਾਂ, ਇਹ ਥੋੜ੍ਹਾ ਹੁਣ ਘੱਟ ਦੱਸੂਗਾ। ਅੱਛਾ ਭਾਜੀ, ਕਿੰਨੇ ਰੁਪਏ ਵੱਟਾ ਪਿਆਜ਼? ਫਿਰ ਜਿਹੜਾ ਲਾਲ ਹੁੰਦਾ ਉਹ ਕਿੰਨੇ ਦਾ? ਉਹ 320 ਦਾ ਵੀ ਦਿੰਦਾ ਇੱਕ। ਇਹ ਕਿੱਥੇ ਦਾ ਆ? ਮੂਹਾਂ ਮੂਹਾਂ ਤੇ ਨਾਸਿਕ 'ਚ ਕੀ ਫਰਕ ਹੁੰਦਾ?
ਫਰਕ ਤਾਂ ਕੁਛ ਨੀ, ਥੋੜਾ ਕੌੜਾ ਹੁੰਦਾ ਮਿੱਠਾ ਹੁੰਦਾ। ਹੁਣ ਤਾਂ ਸਾਨੂੰ ਸਾਰੇ ਕੌੜੇ ਲੱਗ ਰਹੇ ਆ, ਹੁਣ ਤਾਂ ਸਾਨੂੰ ਸਰਕਾਰਾਂ ਵੀ ਕੌੜੀਆਂ ਲੱਗਦੀਆਂ ਪਈਆਂ ਹਨਾ। ਇੱਧਰ ਪੈਸੇ ਦੇ ਤੇ ਇੱਧਰੋਂ ਕੱਢ ਲਏ, ਤਾਂ ਐਟ ਦ ਐਂਡ ਜਿਹੜੀ ਜੇਬ ਆ ਗਰੀਬ ਬੰਦੇ ਦੀ ਘੱਟ ਹੁੰਦੀ ਪਈ ਆ। ਰੇਟ ਇਤਨਾ ਬੜ ਗਿਆ, ਕਿਤਨੇ ਮੈਂ ਲੈ ਕੇ ਗਏ ਇੱਥੇ ਕੱਲ੍ਹ? ਮੈਂ ਤਾਂ ਅੱਜ ਆਈ ਹਾਂ, ਪਹਿਲਾਂ ਵੀ 60 ਦਾ ਕਿਲੋ ਲੈ ਕੇ ਗਿਆ, ਅੱਜ ਵੀ 60 ਦਾ ਕਿਲੋ। ਪਹਿਲਾਂ ਕਦੋਂ 60 ਦਾ ਲੈ ਕੇ ਗਈ? ਹਫ਼ਤਾ ਹੋ ਗਿਆ। ਹਫ਼ਤਾ ਪਹਿਲਾਂ ਵੀ 60 ਸੀ? ਸਾਡਾ ਮੁੰਡਾ ਕਹਿੰਦਾ ਮੈਂ 40 ਰੁਪਏ ਦਾ ਲੈ ਕੇ ਗਿਆ। ਨਹੀਂ ਨਹੀਂ ਜੀ, ਨਹੀਂ ਜੀ, ਫਿਰ ਤੇਰਾ ਜਾਣਕਾਰ ਹੋਣਾ। ਦੱਸੋ ਕੈਮਰੇ ਮੋਹਰੇ ਨਵੇਂ ਦੀ ਦੱਸ ਦਿਓ ਕੀ ਕਹਿੰਦੇ ਸੀਗੇ? ਅੱਜ ਵੀ ਕਹਿੰਦੇ 60 ਰੁਪਏ ਮਿਲਿਆ ਤੁਹਾਨੂੰ। ਤਾਂ ਰੇਟ 'ਚ ਤੇਜ਼ੀ ਆਈ ਹੈ ਜੀ, ਦੁਕਾਨਦਾਰ ਨਾਲ ਗੱਲ ਹੋਈ ਸੀਗੀ। ਕਈ ਵੇਲੇ ਜਿਹੜੇ ਆਮ ਬੰਦੇ ਹੁੰਦੇ ਆ ਕਨਫਿਊਜ਼ ਹੋ ਜਾਂਦੇ ਆ, ਡਰ ਜਾਂਦੇ ਆ ਕਿ ਯਾਰ ਮੈਂ ਕੀ ਬੋਲਣਾ, ਕਿਤੇ ਮੇਰਾ ਕੋਈ ਕਲੇਸ਼ ਨਾ ਪੈ ਜਾਵੇ। ਆਫ ਕੈਮਰਾ 40-45 ਦੇ ਕਹਿੰਦੇ ਸੀ ਕਿ ਭੈਣ ਜੀ ਹੁਣੀ, ਤਾਂ ਔਨ ਕੈਮਰਾ 60 ਕਹਿਣ ਲੱਗ ਪਈ। ਹੈਰਾਨੀ ਵਾਲੀ ਗੱਲ। ਹੋਰ ਜੀ, ਮਾਈਕ ਦੇਖ ਕੇ ਬੋਲ ਪਏ ਮੈਨੂੰ ਲੱਗਦਾ। ਹਾਂ, ਇਹ ਹੈਂਡ ਟੂ ਮਾਊਥ ਜਿਹੜੇ ਬੰਦੇ ਹੈਗੇ ਉਹਨਾਂ ਨੇ ਤਾਂ ਬਹੁਤ ਔਖਾ ਹੈ। 35-40 ਦੱਸ ਦਿਆ ਪਹਿਲਾਂ। ਬਿਲਕੁਲ ਬਿਲਕੁਲ, ਐ ਨਹੀਂ ਮਹਿੰਗਾਈ। ਸਬਜ਼ੀ ਦਾ ਕੀ ਕੀ ਰੇਟ ਆ ਵੀਰੇ, ਦੱਸ ਦੇ ਇੱਕ ਵਾਰੀ। ਸਬਜ਼ੀ ਦਾ ਕੀ ਰੇਟ ਆ? ਮੈਨੂੰ ਤਾਂ ਨਾ ਵੀ ਨਹੀਂ ਪਤਾ, ਦੱਸ ਦੇ। ਖੀਰਾ 30 ਰੁਪਏ ਆ। ਹਾਂ, ਗੋਭੀ 60 ਰੁਪਏ, ਗੋਭੀ 60 ਰੁਪਏ, ਭਿੰਡੀ 30 ਰੁਪਏ, ਰਾਮਤਰੀ 30 ਰੁਪਏ। ਆ ਕੀ ਚੀਜ਼ ਆ? ਇਹ ਪਰਮਲ ਆ ਜੀ। ਪਰਮਲ ਇਹ ਕਿਹਦੇ ਚ ਪੈਂਦੇ ਆ? ਸਬਜ਼ੀ ਬੰਦਾ, ਸਬਜ਼ੀ ਬੰਦਾ ਆ। ਆ ਹਰੀ ਮਿਰਚ ਹੈਗਾ? ਹਾਂ ਜੀ। ਇਹ ਕਿੱਦਾਂ ਦਾ ਹਰੀ ਮਿਰਚ ਹੈਗਾ, ਦਿਖਾਈ ਜਰਾ। ਮਟਰ ਦੇ ਦਾਣੇ ਵਰਗੀ ਲੱਗਦੀ। ਚਲੋ ਆ ਜਾਓ ਇੱਧਰ ਆ ਜਾਓ। ਮੋਦੀ? ਅੱਛਾ, ਹੁਣ ਸਬਜ਼ੀਆਂ ਚ ਵੀ ਮੋਦੀ? ਘਰ ਘਰ ਮੋਦੀ ਦਾ ਸੁਣਿਆ ਸੀ, ਸਬਜ਼ੀਆਂ ਚ ਵੀ ਮੋਦੀ? ਮੋਦੀ ਆ ਗਿਆ ਜੀ, ਸ਼ੇਅਰ ਕਰੋ ਕਹਿੰਦਾ ਚੰਗੀ ਤਰ੍ਹਾਂ ਲਓ ਜੀ। ਅੱਛਾ, ਮੈਂ ਦੁਕਾਨਦਾਰ ਨਾਲ ਗੱਲ ਕੀਤੀ, ਆਫ ਕੈਮਰਾ ਸਾਰੇ ਦੱਸਦੇ ਪਏ ਸੀ, ਕਹਿੰਦੇ ਜਮ੍ਹਾਂਖੋਰੀ ਕਾਲਾ ਬਾਜ਼ਾਰੀ ਕਰਕੇ ਜਿਹੜੇ ਆ ਪਿਆਜ਼ ਮਹਿੰਗੇ ਹੋਏ ਆ, ਪਰ ਔਨ ਕੈਮਰਾ ਕੋਈ ਨਹੀਂ ਗੱਲ ਕਰਨਾ ਚਾਹੁੰਦੇ। ਉਹ ਕਹਿੰਦੇ ਮਾਰਕੀਟ 'ਚ ਮੰਦੀ ਆ, ਦੇਖੋ ਤੇਜ਼ੀ ਵੀ ਨਹੀਂ ਹੈਗੀ ਕਿ ਲੋਕਾਂ 'ਤੇ ਕਿਹੜਾ ਕੋਈ ਲੋਟਰੀ ਲੱਗ ਗਈ ਆ, ਪਰ ਉਹ ਕਹਿੰਦੇ ਪਿੱਛੇ ਤੇਜ਼ੀ ਬਹੁਤ ਹੈ, ਮਾਰਕੀਟ 'ਚ ਤੇਜ਼ੀ ਹੈ ਨਹੀਂ, ਪਿੱਛੇ ਜਮ੍ਹਾਂਖੋਰੀ ਕਰਕੇ ਤੇਜ਼ੀ ਆ। ਕਿੰਨੇ ਰੁਪਏ ਵੱਟਾ ਪਈ ਪਿਆਜ਼? 300 ਦਾ ਵੱਟਾ ਪਿਆਜ਼। ਪਹਿਲਾਂ ਕਿੰਨਾ ਸੀ? ਪਹਿਲੇ 200, ਪਹਿਲੇ 260 ਸੀਗਾ ਨਾ ਪਹਿਲਾਂ, ਯਕਦਮ ਅੱਜ 40 ਰੁਪਏ ਵੱਟੇ 'ਚ ਵਾਧਾ ਹੋਇਆ। ਉਹ ਬੀਬੀਆਂ ਪਤਾ ਨਹੀਂ ਕਿਵੇਂ ਕਹਿ ਗਈਆਂ, ਦੁਕਾਨਦਾਰ ਖੁਦ ਕਹਿ ਰਿਹਾ। ਮੈਂ ਉਹੀ ਦੱਸਿਆ ਨਾ, ਕਈ ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਆਮ ਬੰਦੇ ਲਈ ਤਾਂ ਬਹੁਤ ਮੁਸ਼ਕਿਲ ਹੋ ਜਾਏਗਾ। ਸੁਣੀ, ਸਾਰਾ ਜ਼ੋਰ ਵੱਧ ਸਕਦਾ? ਹਾਂ ਬਿਲਕੁਲ ਵੱਧ ਸਕਦਾ ਹੈ, ਤੇਜ਼ੀ ਮੰਦੀ, ਤੇਜ਼ੀ ਆਉਂਦੀ ਹੈ, ਮੰਦੀ ਦੇ ਵਿੱਚ ਤੇਜ਼ੀ ਆ ਗਈ, ਵਪਾਰ ਹੈ ਨਹੀਂ ਆ, ਤਿਉਹਾਰਾਂ 'ਚ ਹੋਰ ਤੇਜ਼ੀ, ਤਿਉਹਾਰਾਂ 'ਚ ਹੋਰ ਤੇਜ਼ੀ ਆ ਜਾਣੀ। ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਰੈਗੂਲਰ ਯੂਜ਼ ਹੋਣ ਵਾਲੀ ਚੀਜ਼ ਹੈ, ਤੁਸੀਂ ਘਰੋਂ ਆਉਂਗੇ ਜੇ ਪੁੱਛੋਗੇ ਘਰਦੇ ਨੂੰ ਕਿਹੜੀ ਸਬਜ਼ੀ ਲਿਆਈਏ, ਤਾਂ ਆਲੂ ਪਿਆਜ਼ ਤਾਂ ਜ਼ਬਾਨ 'ਤੇ ਹੁੰਦਾ, ਕਾਮਨ ਚੀਜ਼ ਹੁੰਦੀ ਹੈ। ਉਹ ਕਹਿੰਦੇ ਜੀ ਬਾਕੀ ਸਬਜ਼ੀ ਲਿਆਓ, ਕੋਈ ਆਲੂ ਪਿਆਜ਼ ਜ਼ਰੂਰ ਲਿਆਓ। ਦੇਖੋ ਅੱਜ ਦੀ ਵੀਡੀਓ ਬਣਾਉਣ ਦਾ ਕਾਰਨ ਇਹੀ ਹੈ ਕਿ ਸਰਕਾਰਾਂ ਤੱਕ ਗੱਲ ਪਹੁੰਚੇ ਕਿ ਜਿਹੜੇ ਲੋਕ ਜਮ੍ਹਾਂਖੋਰੀ ਕਰਦੇ ਆ, ਜਿਹੜੇ ਲੋਕ ਕਾਲਾ ਬਾਜ਼ਾਰੀ ਕਰਦੇ ਆ, ਜਿਹੜੇ ਲੋਕ ਚੀਜ਼ਾਂ ਨੂੰ ਸਟੋਰ ਕਰਕੇ ਰੱਖ ਲੈਂਦੇ ਤਾਂ ਜੋ ਬਾਅਦ 'ਚ ਅਸੀਂ ਮਨ ਚਾਹੇ ਰੇਟ ਲਵਾਂਗੇ, ਉਹਨਾਂ 'ਤੇ ਨਕੇਲ ਪੈਣੀ ਚਾਹੀਦੀ ਆ। ਹੁਣ ਦੁਕਾਨਦਾਰ ਥੋੜ੍ਹੇ ਇਹਨਾਂ ਨੇ ਥੋੜ੍ਹੇ ਇੰਨੇ ਸਟੋਕ ਜਮ੍ਹਾਂ ਕਰਕੇ ਰੱਖੇ ਆ, ਕਿਉਂਕਿ ਪਿੱਛੇ 'ਚ ਫਸਲ ਵੀ ਖਰਾਬ ਹੋਈ ਆ, ਫਸਲ ਖਰਾਬ ਹੋਣ ਕਰਕੇ ਵੀ ਜਿਹੜਾ ਸਟੋਕ ਘੱਟ ਜਾਂਦਾ, ਅਤੇ ਉਹ ਜਿੰਨਾ ਸਟੋਕ ਆ ਰਿਹਾ ਉਹਨਾਂ ਕੋਲ ਜਮ੍ਹਾਂ ਕਰੀ ਜਾਂਦੇ ਆ। ਪਿਆਜ਼ ਦਾ ਕੀ ਰੇਟ ਹੈ ਜੀ? ਪਿਆਜ਼ ਜਿੱਦਾਂ ਦਾ ਪਿਆਜ਼ ਉੱਦਾਂ ਦਾ ਮੁੱਲ ਹੈ ਜੀ। ਇਹ ਤਾਂ ਮੂੰਹ ਦੇਖ ਕੇ ਚਪੇਟ ਮਾਰਦੇ ਆ। ਇੱਕ ਇੱਕ ਵਧੀਆ ਜਿਹੜੇ 55-50 ਰੁਪਏ ਜਿਹੜੇ ਹਲਕੇ ਆ, ਕਿਵੇਂ ਦਾ ਬਟ 3-5 ਕਿਲੋ 270? ਦੇਖ ਲਓ ਬਾਹਰ ਮੇਨ 'ਤੇ ਦੁਕਾਨ ਆ, ਹਾਂ ਕੈਮਰਾ ਦੇਖ ਕੇ ਰੇਟ ਲੱਗਦਾ ਪਿਆ।
ਉਹਨੇ ਤਾਂ ਹੀ ਕਿਹਾ ਜਿੱਦਾਂ ਦਾ ਬੰਦਾ ਉਦੋਂ ਦਾ ਰੇਟ, ਉਹ ਕੈਮਰਾ ਦੇਖ ਲਿਆ ਤਾਂ 270 ਹੋ ਗਏ। ਦੇਖੋ ਬੱਚੇ ਵੀ ਕਈ ਵੇਲੇ ਸਵੇਰੇ ਕਹਿੰਦੇ ਪਿਆਜ਼ ਵਾਲੀ ਰੋਟੀ ਖਾਣੀ ਆ, ਪਿਆਜ਼ ਵਾਲੀ ਪਰੌਂਠੀ, ਪਿਆਜ਼ ਵਾਲੇ ਪਰੌਂਠੇ ਖਾਣੇ ਆ, ਤਾਂ ਮਾਂ ਨੇ ਕਹਿਣਾ ਦਾਦੇ ਵਿਖਾਉਣੇ ਦੇ ਆ, 300 ਰੁਪਏ ਵੱਟਾ ਹੋ ਗਿਆ, ਤੂੰ ਪਿਆਜ਼ ਪਿਆਜ਼ ਕਰੀ ਜਾਂਦਾ। ਬੱਚੇ ਨੇ ਕਹਿਣਾ ਜੇ ਚਿਪਸ ਮੰਗਦੇ ਆ, ਲੋਲੀਪੋਪ ਮੰਗਦੇ ਘਰ ਦੇ ਤਾਂ ਗਾਲਾਂ, ਜੇ ਪਿਆਜ਼ ਵਾਲੀ ਰੋਟੀ ਮੰਗ ਲਈ ਤਾਂ ਗਾਲਾਂ, ਹੈਂ ਬੱਚੇ ਵੀ ਕਿੱਧਰ ਜਾਣ। ਤਾਂ 300 ਰੁਪਏ ਵੱਟਾ ਜੀ ਇਸ ਸਮੇਂ, 300 ਰੁਪਏ ਵੱਟਾ। ਮੈਂ ਉਹੀ ਗੱਲ 'ਤੇ ਆ ਜਾਂਦਾ ਕਿ ਪ੍ਰਸ਼ਾਸਨ ਨੂੰ ਚਾਹੀਦਾ, ਸਰਕਾਰਾਂ ਨੂੰ ਚਾਹੀਦਾ, ਵੈਸੇ ਤਾਂ ਬੇਸਿਕਲੀ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਲੋਕ ਜਮ੍ਹਾਂਖੋਰੀ ਕਰਦੇ ਉਹਨਾਂ 'ਤੇ ਨਕੇਲ ਪਾਈ ਜਾਵੇ, ਅੰਦਰੋਂ ਉਹਨਾਂ 'ਤੇ ਸਟੋਕ ਕਢਾ ਕੇ। ਕਿਉਂਕਿ ਦੇਖੋ ਸਟੋਕ ਕਿਉਂ ਜਮ੍ਹਾਂ ਕੀਤਾ ਜਾਂਦਾ, ਤਾਂ ਜੋ ਡਿਮਾਂਡ ਵਧੇ, ਡਿਮਾਂਡ ਵੱਧਦੀ ਆ ਫਿਰ ਉਹਦਾ ਰੇਟ ਹੋਰ ਵੱਧ ਜਾਂਦਾ। ਹੁਣ ਦੁਕਾਨਦਾਰ ਕਹਿੰਦੇ ਕਿ ਜੀ ਮਾਰਕੀਟ 'ਚ ਤੇਜ਼ੀ ਹੈ ਨਹੀਂ, ਮਾਰਕੀਟ 'ਚ ਮੰਦੀ ਆ, ਹੈਂਡ ਟੂ ਮਾਊਥ ਵਾਲੇ ਤਾਂ ਅੱਧਾ ਕਿਲੋ ਲੈ ਕੇ ਜਾਊਗੇ ਫਿਰ, ਹੈਂ ਕਿ ਲੋਕ ਇਹ ਕਹੂਗੇ ਪਾਈਆ ਦੇ ਯਾਰ, ਜਿਸ ਹਿਸਾਬ ਨਾਲ ਰੇਟ ਵਧਿਆ। ਤਾਂ ਉਹ ਗੱਲ ਆ ਕਿ ਜਿਹੜੇ ਲੋਕ ਚੀਜ਼ ਨੂੰ ਜਮ੍ਹਾਂ ਕਰਦੇ ਆ ਉਹਨਾਂ 'ਤੇ ਨਕੇਲ ਪੈਣੀ ਚਾਹੀਦੀ ਹੈ, ਤਾਂ ਜੋ ਕਾਲਾ ਬਾਜ਼ਾਰੀ ਬੰਦ ਹੋ ਜਾਣ। ਕਈ ਪੁੱਛੇ ਕਾਲਾ ਬਾਜ਼ਾਰੀ ਕਿਵੇਂ, ਜਦ ਮੰਨ ਲਓ ਮੈਂ ਪਿਆਜ਼ ਸਮਝ ਲਓ ਕਿ ਪੂਰੇ ਏਰੀਏ 'ਤੇ ਮੈਂ ਆਪਣੇ ਕੋਲ ਸਟੋਰ ਕਰਕੇ ਰੱਖ ਲਈ, ਉਹਦੀ ਹੁਣ ਡਿਮਾਂਡ ਵੱਧ ਗਈ, ਜਿਹੜੇ ਲੋਕ ਰੋਜ਼ ਖਾਂਦੇ ਕਿ ਯਾਰ ਪਿਆਜ਼ ਖਾਣਾ ਪਿਆਜ਼ ਖਾਣਾ, ਪਿਆਜ਼ ਨਹੀਂ ਮਿਲ ਰਿਹਾ, ਤਾਂ ਮੈਂ ਮਨ ਚਾਹਿਆ ਰੇਟ 'ਤੇ ਵੇਚੂੰਗਾ। ਮੰਨ ਲਓ ਮੈਂ 300 ਰੁਪਏ ਸਾਰੇ ਖਰੀਦ ਕੇ ਸਟੋਕ ਕਰ ਲੈਂਦਾ, ਤਾਂ ਮਹੀਨੇ ਬਾਅਦ ਮਹੀਨਾ ਸਟੋਕ ਕਰੀ ਰੱਖਣਾ, ਖਰਾਬ ਹੁੰਦਾ ਨਹੀਂ ਹੁੰਦਾ ਮੈਨੂੰ ਪਰਵਾਹ ਨਹੀਂ। ਮਹੀਨਾ ਵੀ ਬਹੁਤ ਵੱਡੀ ਗੱਲ ਕਹਿਤੀ, 15 ਦਿਨ ਮੰਨ ਕੇ ਚੱਲੋ, ਬਾਜ਼ਾਰ ਸਾਰਾ ਚੱਕ ਲਿਆ ਜਮ੍ਹਾਂ ਕਰ ਲਿਆ, ਤਾਂ ਫਿਰ ਜਦੋਂ ਤੁਸੀਂ ਮੇਰੇ ਤੋਂ 15 ਦਿਨ ਬਾਅਦ ਰੇਟ ਮੰਗੂਗੇ, ਮੈਂ ਆਪਣਾ ਮਨ ਚਾਹੇ ਰੇਟ ਲਾ ਸਕਦਾ, 400 ਵੀ ਕਰ ਸਕਦਾ, ਤਾਂ ਰੇਟ ਹੋ ਸਕਦਾ ਵਧੇ, ਜਿਵੇਂ ਤੁਸੀਂ ਕਿਹਾ ਤਿਉਹਾਰਾਂ ਕਰਕੇ। ਤਾਂ ਸਰਕਾਰ ਨੂੰ ਚਾਹੀਦਾ ਜਿਹੜੇ ਲੋਕ ਜਮ੍ਹਾਂ ਕਰਦੇ ਆ ਉਹਨਾਂ 'ਤੇ ਨਕੇਲ ਕੱਸੇ, ਉਹਨਾਂ 'ਤੇ ਸ਼ਿਕੰਜਾ ਕੱਸੇ, ਅਤੇ ਆਮ ਲੋਕਾਂ ਤੱਕ ਜਿਹੜੀਆਂ ਆਮ ਚੀਜ਼ਾਂ ਉਹ ਤਾਂ ਆਮ ਤੌਰ 'ਤੇ ਪਹੁੰਚਣ, ਠੀਕ ਹੈ ਨਾ। ਇਹ ਡੇਲੀ ਯੂਜ਼ ਹੋਣ ਵਾਲੇ ਪ੍ਰੋਡਕਟ ਆ, ਚੀਜ਼ਾਂ ਆ, ਜੇ ਹੁਣ ਇਹ ਵੀ ਇੰਨੇ ਮਹਿੰਗੇ ਹੋ ਜੂਗੇ ਤਾਂ ਫਿਰ ਤਾਂ ਰੱਬੇ ਰੱਖਾ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ, ਆਮ ਬੰਦੇ ਦਾ ਤਾਂ ਬਹੁਤ ਮੁਸ਼ਕਿਲ ਆ, ਰੇਟ ਸੁਣ ਕੇ ਬਾਤ ਹੋ ਗਈ, ਰੇਟ ਸੁਣ ਕੇ ਬਾਤ ਹੋ ਗਈ। ਚਲੋ ਠੀਕ ਹੈ ਜੀ, ਤੁਹਾਡੇ ਤੱਕ ਖਬਰ ਹੀ ਪਹੁੰਚਾਉਣੀ ਸੀਗੀ, ਇੱਕ ਇਹ ਵੀ ਪੱਖ ਆ ਸ਼ਹਿਰ ਦਾ, ਸਾਡੇ ਭੈਣਾਂ ਭਰਾਵਾਂ ਦੀ ਸਾਡੇ ਤੱਕ ਗੱਲ ਪਹੁੰਚੀ ਸੀਗੀ, ਕਹਿੰਦੇ ਕਿ ਪਿਆਜ਼ ਮਹਿੰਗੇ ਹੋ ਗਏ, ਉਹਦੇ ਬਾਰੇ ਜਾਣਕਾਰੀ ਦਿਓ, ਸੱਚੀ ਮਹਿੰਗੇ ਹੋ ਗਏ ਇਹ ਹਵਾ 'ਚ ਹੀ ਗੱਲ ਆ। ਤਾਂ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆਪਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਮੀਦ ਹੈ ਕਿ ਤੁਸੀਂ ਪਿਆਜ਼ਾਂ ਨੂੰ ਅੱਗ ਲੱਗਣ ਤੋਂ ਪਹਿਲਾਂ ਪਹਿਲਾਂ ਘਰ ਲੈ ਜਾਓਗੇ। ਬਹੁਤ ਬਹੁਤ ਸ਼ੁਕਰੀਆ।